ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਨਵੀਂ ਚੁਣੇ ਹੋਏ ਅਹੁਦੇਦਾਰ ਸਾਹਿਬਾਨਾਂ ਦੀ ਸਾਰੀ ਟੀਮ, ਮੇਰੇ ਇਲਾਵਾ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੀਬੀ ਰਣਜੀਤ ਕੌਰ ਜੀ, ਵਾਈਸ ਪ੍ਰੈਜ਼ੀਡੈਂਟ ਸਰਦਾਰ ਕੁਲਵੰਤ ਸਿੰਘ ਜੀ, ਜਨਰਲ ਸੈਕਟਰੀ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਅਤੇ ਜੁਆਇੰਟ ਸੈਕਟਰੀ ਸਰਦਾਰ ਹਰਵਿੰਦਰ ਸਿੰਘ ਜੀ ਕੇਪੀ ਨਾਲ ਸਾਰੇ ਸਾਡੇ ਐਗਜੈਕਟਿਵ ਦੇ ਮੈਂਬਰ, ਅਸੀਂ ਸ਼੍ਰੀ ਦਰਬਾਰ ਸਾਹਿਬ ਵਿਖੇ ਤਰਨ ਤਾਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਹਾਂ, ਗੁਰੂ ਸਾਹਿਬ ਜੀ ਤੋਂ ਆਸ਼ੀਰਵਾਦ ਲੈਣ ਆਏ ਹਾਂ। ਜਿਹੜੀ ਨਵੀਂ ਟੀਮ ਨੂੰ ਜਿਹੜੀ ਸਾਨੂੰ ਇਹ ਸੇਵਾ ਬਖਸ਼ੀ ਗੁਰੂ ਸਾਹਿਬ ਜੀ ਦੇ ਮਹਾਨ ਪਵਿੱਤਰ ਗੁਰਧਾਮਾਂ ਦੀ, ਅਸੀਂ ਉਸਨੂੰ ਇਮਾਨਦਾਰੀ ਨਾਲ, ਦਿਆਨਦਾਰੀ ਨਾਲ ਔਰ ਜੋ ਸੰਗਤ ਦੀ ਭਾਵਨਾ ਹੈ ਉਸ ਭਾਵਨਾ ਦੇ ਅਨੁਸਾਰ ਅਸੀਂ ਇਹ ਗੁਰੂ ਸਾਹਿਬ ਜੀ ਦੀ ਮਹਾਨ ਸੇਵਾ ਮਰਿਆਦਾ 'ਚ ਰਹਿ ਕੇ ਕਰ ਸਕੀਏ, ਇਹਦੇ ਵਾਸਤੇ ਗੁਰੂ ਚਰਨਾਂ 'ਚ ਆਸ਼ੀਰਵਾਦ ਲੈਣ ਵਾਸਤੇ ਪਹੁੰਚੇ। ਅਸੀਂ ਧੰਨਵਾਦ ਕਰਦੇ ਹਾਂ ਆਪਣੀ ਸਾਰੀ ਲੀਡਰਸ਼ਿਪ ਦਾ, ਦਿੱਲੀ ਦੇ ਵੋਟਰਾਂ ਦਾ, ਦਿੱਲੀ ਦੇ ਸਾਡੇ ਸ਼ੁਭ ਚਿੰਤਕਾਂ ਦਾ, ਜਿਨ੍ਹਾਂ ਨੇ ਸਾਨੂੰ ਇਹ ਬਹੁਤ ਵੱਡਾ ਮਾਣ ਬਖਸ਼ਿਆ। ਔਰ ਅਸੀਂ ਤੁਹਾਡੇ ਮੀਡੀਆ ਦੇ ਰਾਹੀਂ, ਤੁਹਾਡੇ ਟੀ ਵੀ ਚੈਨਲ ਰਾਹੀਂ ਦੇਸ਼ ਦੀ, ਦੁਨੀਆ ਦੀ ਸਾਰੀ ਸੰਗਤ ਨੂੰ ਵਿਸ਼ਵਾਸ ਦੇਣਾ ਚਾਹੁੰਦੇ ਹਾਂ, ਜਿਵੇਂ ਹੁਣ ਤੱਕ ਸਾਡੇ 'ਤੇ ਪਿਛਲੇ 6 ਸਾਲਾਂ 'ਤੇ ਸੰਗਤ ਨੇ ਵਿਸ਼ਵਾਸ ਕੀਤਾ ਔਰ ਅਸੀਂ ਜਿਹੜਾ ਮਹਾਨ ਕਾਰਜ ਕਰਨ 'ਚ ਕਾਮਯਾਬ ਹੋਏ ਹਾਂ। ਆਉਣ ਵਾਲੇ ਸਮੇਂ ਦੇ ਅੰਦਰ ਇਸੇ ਤਰ੍ਹਾਂ ਜਿੱਥੇ ਤਰਨ ਤਾਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉਪਮਾ, ਗੁਰੂ ਸਾਹਿਬਾਨਾਂ ਦੀ ਉਪਮਾ, ਵਿਸ਼ੇਸ਼ ਤੌਰ 'ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਉਹਨਾਂ ਦੀ ਵਡਿਆਈ ਔਰ ਉਹਨਾਂ ਦਾ ਪ੍ਰਸਾਦ ਘਰ ਘਰ ਪਹੁੰਚਾਉਣ ਦਾ ਕੰਮ, ਸਾਡੇ ਮਹਾਨ ਜਰਨੈਲਾਂ ਦੇ ਇਤਿਹਾਸ ਨੂੰ ਸੁਰਜੀਤ ਕਰਨ ਦਾ ਕੰਮ ਇਹਨਾਂ ਦੇ ਪਹਿਲ ਦੇ ਤੌਰ 'ਤੇ ਅਸੀਂ ਕਰਦੇ ਆਏ ਹਾਂ ਔਰ ਅਗਾਂਹ ਵੀ ਕਰਦੇ ਰਹਾਂਗੇ। ਜੀ ਕੇ ਕੱਲ੍ਹ ਅੰਮ੍ਰਿਤਸਰ ਆਏ ਸੀ, ਉਹ ਕਹਿੰਦੇ ਸੀ ਮੈਂ ਅਗਲੇ 7 ਦਿਨ ਦੇ ਵਿੱਚ ਕੁਝ ਇਹੋ ਜਿਹੇ ਖੁਲਾਸੇ ਕਰਾਂਗਾ ਜਿਹਦੇ ਨਾਲ ਦਿੱਲੀ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਈ ਵਿਅਕਤੀ ਵੀ ਸਾਹਮਣੇ ਆਉਣਗੇ। ਅੱਛੀ ਗੱਲ ਆ ਜੀ, ਅਸੀਂ ਤਾਂ ਵਾਰ ਵਾਰ ਇਹ ਕਹਿ ਰਹੇ ਹਾਂ ਕਿ ਜਿਹੜੇ ਦੋਸ਼ ਲੱਗੇ ਨੇ ਉਹਦੇ 'ਤੇ ਸਫਾਈ ਦੇਣੀ ਚਾਹੀਦੀ ਆ। ਮੈਂ ਬਿਲਕੁਲ ਇਹ ਮੰਨਦਾ ਹੈ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਾਖ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਜਿਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਜਿਹੜੇ ਚੱਲਦੇ ਦਿੱਲੀ ਕਮੇਟੀ ਦੇ ਅੰਦਰ, ਸਿੱਖਾਂ ਦਾ ਬਹੁਤ ਵੱਡਾ, ਸਿੱਖਾਂ ਦਾ ਵਿਸ਼ਵਾਸ ਬਹੁਤ ਵੱਡੇ ਨੂੰ ਠੇਸ ਪਹੁੰਚੀ, ਸਿੱਖਾਂ ਦੇ ਵਿਸ਼ਵਾਸ ਨੂੰ। ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ, ਮੈਂ ਸਮਝਦਾ ਕਿ ਕਿਉਂਕਿ ਉਹਨਾਂ ਨੂੰ ਇਹਨਾਂ ਦਾ ਜਵਾਬ ਅੱਜ ਨਹੀਂ ਬਲਕਿ 4 ਮਹੀਨੇ ਪਹਿਲਾਂ ਹੀ ਦੇਣਾ ਚਾਹੀਦਾ ਸੀਗਾ। ਔਰ ਅਸੀਂ ਉਮੀਦ ਕਰਦੇ ਹਾਂ, ਨਵੀਂ ਕਮੇਟੀ ਵੀ ਤੁਹਾਨੂੰ ਵਿਸ਼ਵਾਸ ਦਵਾਉਂਦੀ ਆ ਕਿ ਅਸੀਂ ਜੋ ਦੁੱਧ ਦਾ ਦੁੱਧ ਆ, ਪਾਣੀ ਦਾ ਪਾਣੀ ਕਰਾਂਗੇ। ਜਿਹੜੇ ਜਿਹੜੇ ਤੱਤ ਸਾਹਮਣੇ ਆਉਣਗੇ ਉਹਨਾਂ ਨੂੰ ਜਗ ਜ਼ਾਹਿਰ ਕਰਾਂਗੇ, ਕਿਸੇ ਨੂੰ ਸਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਊਗੀ। ਅਸੀਂ ਤੁਹਾਨੂੰ ਇਹ ਵੀ ਵਿਸ਼ਵਾਸ ਦਵਾਉਂਦੇ ਹਾਂ ਜਿਹੜੇ ਲੋਕ ਇਹਦੇ ਅੰਦਰ ਕਰਪਸ਼ਨ ਦੇ ਅੰਦਰ ਇਨਵੋਲਵ ਰਹੇ ਨੇ, ਖਾਸ ਤੌਰ 'ਤੇ ਜਨਰਲ ਮੈਨੇਜਰ ਜਿਹੜਾ ਕਿ ਇੱਕ ਮੋਸਟ ਕਰਪਟ ਔਰ ਮੋਸਟ ਕਰੈਕਟਰਲੈਸ ਆਦਮੀ ਸੀਗਾ, ਜਿਸ ਨੂੰ ਹਟਾਉਣ ਵਾਸਤੇ ਮੈਂ 4 ਵਾਰਾਂ ਬਾਹਰ ਕੱਢਿਆ ਸੀ, ਰਸਤਾ ਦਿਖਾਇਆ ਸੀ, ਸਸਪੈਂਡ ਕੀਤਾ, ਬਾਹਰ ਬਹਾਲ ਕੀਤਾ, ਉਹਨੂੰ ਬਾਰ ਬਾਰ ਬਹਾਲ ਕੀਤਾ ਗਿਆ। ਔਰ ਇੱਥੋਂ ਤੱਕ ਕਿ ਜਨਰਲ ਇਜਲਾਸ ਬੁਲਾ ਕੇ ਇਹ ਬਕਾਇਦਾ ਪਾਵਰ ਮੇਰੀ ਲਈ ਗਈ ਕਿ ਇਸ ਨੂੰ ਬਹਾਲ ਕਰਨਾ ਜ਼ਰੂਰੀ ਆ। ਮੈਂ ਅੱਜ ਵੀ ਪੁੱਛਣਾ ਚਾਹੁੰਦਾ ਹਾਂ ਕਿਉਂ ਉਸ ਕਰਪਟ ਜਨਰਲ ਮੈਨੇਜਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਤੇ ਹਰ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ, ਔਰਤਾਂ ਦੇ ਸ਼ੋਸ਼ਣ ਤੋਂ ਲੈ ਕੇ ਲੁੱਟ ਖਸੁੱਟ ਤੱਕ ਦੇ, ਔਰ ਇਹੋ ਜਿਹੇ ਇਲਜ਼ਾਮ ਲੱਗੇ ਨੇ ਜਿਹੜੇ ਬੜੇ ਹੀ ਸੰਜੀਦਾ ਨੇ, ਜਿਹਦੇ ਕਰਕੇ ਦਿੱਲੀ ਦੇ ਲੋਕਾਂ ਦਾ ਬਹੁਤ ਵੱਡਾ ਇੱਕ ਸੱਟ ਵੱਜੀ ਦਿਲਾਂ ਦੇ ਲੋਕਾਂ 'ਤੇ ਵਿਸ਼ਵਾਸ।